ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਨਾਲ ਇੱਕ ਗੋਰੇ ਦੇ ਨਾਲ ਹੋਏ ਚਮਤਕਾਰ ਦੀ ਇੱਕ ਸੱਚੀ ਘਟਨਾ ਬਾਰੇ ਗੱਲ ਕਰਾਂਗੇ। ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ 'ਚ। ਇੱਕ ਗੋਰਾ ਜੋ ਨਿਊਜ਼ੀਲੈਂਡ ਦੇ ਹਿਸਟਿੰਗ ਸ਼ਹਿਰ ਦਾ ਰਹਿਣ ਵਾਲਾ ਸੀ, ਉਸ ਦੀ ਉਮਰ ਲਗਭਗ 30 ਸਾਲ ਦੀ ਸੀ। ਉਸ ਦੇ ਪਰਿਵਾਰ ਵਿੱਚ ਉਸ ਦੇ ਮਾਤਾ ਪਿਤਾ ਅਤੇ ਦਾਦਾ ਦਾਦੀ ਸਨ। ਉਸ ਦੇ ਦਾਦਾ ਦਾਦੀ ਇੱਕ ਵਾਰ ਪੰਜਾਬ ਵਿੱਚ ਰਹਿ ਕੇ ਗਏ ਸਨ। ਪੰਜਾਬ ਵਿੱਚ ਰਹਿ ਕੇ ਉਹਨਾਂ ਨੇ ਵੱਖ ਵੱਖ ਗੁਰਦੁਆਰਿਆਂ ਦੀਆਂ ਯਾਤਰਾ ਕੀਤੀਆਂ ਅਤੇ ਸਿੱਖੀ ਦੇ ਬਾਰੇ ਵਿੱਚ ਜਾਣਿਆ। ਇੱਥੇ ਉਹ ਲਗਭਗ 2 ਮਹੀਨੇ ਰਹੇ। ਵਾਪਿਸ ਜਾ ਕੇ ਉਹਨਾਂ ਨੇ ਸਾਰਾ ਕੁਝ ਆਪਣੇ ਪੋਤਰੇ ਨੂੰ ਦੱਸਿਆ ਕਿ ਸਿੱਖੀ ਦੀ ਕਿੰਨੀ ਮਹਾਨਤਾ ਹੈ। ਇਹ ਸੁਣ ਕੇ ਉਹ ਲੜਕਾ ਬਹੁਤ ਪ੍ਰਭਾਵਿਤ ਹੋਇਆ। ਉਸ ਨੂੰ ਸਿੱਖ ਧਰਮ ਬਹੁਤ ਪਿਆਰਾ ਲੱਗਣ ਲੱਗ ਪਿਆ। ਉਹ ਵੀ ਕਹਿੰਦਾ ਰਿਹਾ ਕਿ ਮੈਂ ਪੰਜਾਬ ਵਿੱਚ ਜਾਣਾ ਹੈ ਅਤੇ ਗੁਰਦੁਆਰਿਆਂ ਦੀ ਯਾਤਰਾ ਕਰਨੀ ਹੈ, ਪਰ ਉਸਨੂੰ ਕਦੇ ਮੌਕਾ ਹੀ ਨਾ ਮਿਲਿਆ। 2-3 ਸਾਲ ਲੰਘੇ ਤਾਂ ਮੰਦਭਾਗੀ ਉਸਨੂੰ ਕੈਂਸਰ ਹੋ ਗਈ। ਸਾਰੇ ਪਰਿਵਾਰ ਵਾਲੇ ਬੜੇ ਦੁਖੀ ਸਨ ਕਿ ਇਸਦੀ ਸਿਹਤ ਤਾਂ ਇੰਨੀ ਵਧੀਆ ਸੀ, ਸਾਡਾ ਇੱਕੋ ਇੱਕ ਲੜਕਾ ਹੈ, ਉਸਨੂੰ ਵੀ ਕੈਂਸਰ ਹੋ ਗਈ। ਕਾਫੀ ਸਮਾਂ ਇਹ ਸਭ ਕੁਛ ਸਹਿੰਦਾ ਰਿਹਾ, ਇਸ ਬਿਮਾਰੀ ਨਾਲ ਲੜਦਾ ਰਿਹਾ, ਪਰ ਉਸਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ। ਉਸਨੂੰ ਆਕਲੈਂਡ ਦੇ ਇੱਕ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਡਾਕਟਰੀ ਇਲਾਜ ਚੱਲਦਾ ਰਿਹਾ। ਡਾਕਟਰ ਵੀ ਕਹਿੰਦੇ ਕਿ ਕੋਈ ਫਰਕ ਨਹੀਂ ਪੈ ਰਿਹਾ। ਉਹ ਜਿਵੇਂ ਜਿਵੇਂ ਉਸਦਾ ਚੈੱਕਅਪ ਕਰਦੇ, ਟੈਸਟ ਕਰਦੇ, ਉਸਦੀ ਬਿਮਾਰੀ ਹੋਰ ਗੰਭੀਰ ਹੁੰਦੀ ਜਾਵੇ। 3-4 ਸਾਲ ਉਸਦਾ ਡਾਕਟਰੀ ਇਲਾਜ ਚੱਲਦਾ ਰਿਹਾ। ਸਾਰੇ ਬਹੁਤ ਦੁਖੀ ਸਨ। ਉਸਦੇ ਦਾਦਾ ਦਾਦੀ ਨੇ ਸੋਚਿਆ ਕਿਉਂ ਨਾ ਇਸਨੂੰ ਪੰਜਾਬ ਲੈ ਕੇ ਜਾਇਆ ਜਾਵੇ, ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਗੁਰਦੁਆਰਿਆਂ ਵਿੱਚ ਬਹੁਤ ਸਾਰੇ ਰੋਗੀਆਂ ਦੇ ਰੋਗ ਠੀਕ ਹੋਏ ਹਨ। ਪਰ ਜਦੋਂ ਉਹਨਾਂ ਨੇ ਡਾਕਟਰ ਦੇ ਨਾਲ ਇਸ ਦੇ ਬਾਰੇ ਵਿੱਚ ਸਲਾਹ ਕੀਤੀ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਸ ਨੂੰ ਕਿਤੇ ਨਹੀਂ ਲਿਜਾਇਆ ਜਾ ਸਕਦਾ, ਕਿਉਂਕਿ ਇਸ ਦੀ ਹਾਲਤ ਸਫ਼ਰ ਕਰਨ ਵਾਲੀ ਨਹੀਂ ਹੈ। ਫਿਰ ਇੱਕ ਵਾਰ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਸਿੱਖੀ ਦਾ ਨਾਮ ਅਭਿਆਸ ਕੈਂਪ ਲੱਗਿਆ ਹੋਇਆ ਸੀ, ਜਿਸ ਨੂੰ ਹਰਭਜਨ ਸਿੰਘ ਖਾਲਸਾ ਜੋਗੀ ਜੀ ਚਲਾ ਰਹੇ ਸਨ। ਉਸਦੇ ਘਰ ਵਾਲੇ ਉਸਨੂੰ ਉੱਥੇ ਲੈ ਕੇ ਗਏ। ਉੱਥੇ ਬੈਠ ਕੇ ਉਸਨੇ ਬਾਣੀ ਸੁਣੀ ਅਤੇ ਬਾਅਦ ਵਿੱਚ ਉਸਨੂੰ ਕੜਾਹ ਪ੍ਰਸ਼ਾਦ ਦਿੱਤਾ ਗਿਆ। ਜਦੋਂ ਉਸਨੇ ਉਸ ਦੇਗ ਦਾ ਗੱਫਾ ਆਪਣੇ ਮੂੰਹ ਵਿੱਚ ਪਾਇਆ ਤਾਂ ਉਸਨੂੰ ਬੜਾ ਆਰਾਮ ਮਿਲਿਆ। ਫਿਰ ਉਸਨੂੰ ਲੰਗਰ ਛਕਾਇਆ ਗਿਆ। ਇਸ ਤੋਂ ਬਾਅਦ ਉਸਦਾ ਕੈਂਸਰ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਗਿਆ। ਜਦੋਂ ਦੁਬਾਰਾ ਟੈਸਟ ਕੀਤੇ ਗਏ ਤਾਂ ਉਸਦੀ ਕੈਂਸਰ ਹੌਲੀ ਹੌਲੀ ਠੀਕ ਹੋ ਰਹੀ ਸੀ। ਫਿਰ ਉਸ ਗੋਰੇ ਦਾ ਵਿਆਹ ਨਿਊਜ਼ੀਲੈਂਡ ਦੀ ਇੱਕ ਕੁੜੀ ਨਾਲ ਹੋ ਗਿਆ। ਉਸ ਤੋਂ ਬਾਅਦ ਉਸਨੇ ਅੰਮ੍ਰਿਤ ਛਕ ਲਿਆ ਅਤੇ ਆਪਣਾ ਨਾਮ ਉਸਨੇ ਤੇਜਾ ਸਿੰਘ ਰੱਖ ਲਿਆ। ਉਸਨੇ ਕੇਸ ਰੱਖ ਲਏ, ਦਾੜੀ ਰੱਖ ਲਈ ਅਤੇ ਪੂਰਾ ਸਿੰਘ ਸੱਜ ਗਿਆ। ਇਸ ਤੋਂ ਬਾਅਦ ਜਦੋਂ ਉਹ ਕੈਂਸਰ ਦੇ ਚੈੱਕਅਪ ਲਈ ਹਸਪੀਟਲ ਗਿਆ ਤਾਂ ਟੈਸਟ ਕਰਨ ਤੋਂ ਬਾਅਦ ਡਾਕਟਰ ਹੈਰਾਨ ਹੋ ਗਏ, ਕਿਉਂਕਿ ਕੈਂਸਰ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਰਿਹਾ। ਇਹ ਦੇਖ ਕੇ ਡਾਕਟਰ ਉਸ ਉੱਤੇ ਸ਼ੱਕ ਕਰਨ ਲੱਗ ਪਏ ਕਿ ਤੂੰ ਸਾਨੂੰ ਕੋਈ ਹੋਰ ਬੰਦਾ ਲੱਗ ਰਿਹਾ ਹੈ, ਕਿਉਂਕਿ ਉਸਦਾ ਪੂਰਾ ਪਹਿਰਾਵਾ ਬਦਲ ਚੁੱਕਾ ਸੀ। ਉਹ ਉਸਨੂੰ ਕਹਿੰਦੇ, ਜਾ ਤੂੰ ਪਹਿਲਾਂ ਸ਼ੇਵ ਕਰਾ ਕੇ ਆ। ਉਹ ਕਹਿੰਦਾ, ਪਹਿਲਾਂ ਤਾਂ ਮੈਂ ਕਰਾ ਸਕਦਾ ਸੀ ਪਰ ਹੁਣ ਨਹੀਂ ਕਰਾ ਸਕਦਾ, ਕਿਉਂਕਿ ਹੁਣ ਮੈਂ ਗੁਰੂ ਦਾ ਸਿੱਖ ਬਣ ਗਿਆ ਹਾਂ, ਹੁਣ ਨਹੀਂ ਕਰਾ ਸਕਦਾ। ਉਸ ਤੋਂ ਬਾਅਦ ਉਹ ਗੋਰਾ ਆਪਣੇ ਘਰ ਚਲਾ ਗਿਆ ਅਤੇ ਸਿੱਖੀ ਦੇ ਨਾਲ ਜੁੜਿਆ ਰਿਹਾ। ਉਸਦੀ ਧਰਮ ਪਤਨੀ ਨੇ ਵੀ ਅੰਮ੍ਰਿਤ ਛਕ ਲਿਆ ਅਤੇ ਦੋਵੇਂ ਸਿਮਰਨ ਕਰਦੇ ਰਹਿੰਦੇ। ਇਸ ਤੋਂ ਬਾਅਦ ਉਹ ਪੰਜਾਬ ਵਿੱਚ ਗਏ ਅਤੇ ਸਾਰਿਆਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਅਤੇ ਉਹਨਾਂ ਨੂੰ ਸਿੱਖੀ ਬਾਰੇ ਹੋਰ ਜਾਣਨ ਦਾ ਮੌਕਾ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।